एक मिनट धारना पढ़ते संत भिंडर वाले, सिर दित्या बाज नहीं रहना, धर्म सिर दित्या बाज नहीं रहना। हुण तुसीं इह सोचो वह धारना क्यों पढ़नी पै गई, एक इत्थे साह दिया साडे च ਉਹ ਐਡਾ ਵਿਹਲੜਿਆ ਵੀ ਉਹਨੂੰ ਤਿੰਨ ਬੰਦੇ ਚੱਕ ਕੇ ਸਟੇਜ ਤੇ ਝਾੜਦੇ ਆ, ਤਿੰਨ ਫੜ ਕੇ ਲਾਉਂਦੇ ਆ, ਕੁੱਤੇ ਪਾਲੀ ਫਿਰਦਾ ਹੈ ਭਾਂਤ ਭਾਂਤ ਦੇ। ਉਹ ਆਂਦਾ ਵੀ ਦੇਖੋ ਜੀ ਮੈਂ ਵੀ ਗੱਲਾਂ ਕਰਕੇ ਤੱਤੀਆਂ ਤੇ ਮੈਂ ਡੋਲੇ ਫੜਕਣ ਲਾ ਸਕਦਾ ਨੌਜਵਾਨਾਂ ਦੇ, ਮੈਂ ਵੀ ਆਹ ਕਰ ਸਕਦਾ ਹੈ। ਉਹਨੂੰ ਇਹ ਪੁੱਛੋ ਵੀ ਜਿੱਦਣ ਬਰਗਾੜੀ ਮਾੜੀ ਜੀ ਡਾਂਗ ਚੱਲੀ ਸੀ ਤੂੰ ਮੂੰਹੋਂ ਕਿਹਾ ਆਪਣਿਓ ਵੀ ਮੈਂ ਸੰਗਤ ਜੀ ਕੁੰਡੇ ਖੜਕਾਏ ਲੋਕਾਂ ਬੂਹੇ ਨਹੀਂ ਖੋਲੇ, ਤੇ ਉਹਨੂੰ ਕਿਹਾ ਵੀ ਇਹ ਗੱਲਾਂ ਕਰ ਲੈਣੀਆਂ। ਕਹਿਣੀ ਦੇ ਕਥਨੀ ਚ ਬੜਾ ਫਰਕ ਹੁੰਦਾ, ਗੱਲਾਂ ਸਾਰੇ ਕਰ ਲੈਂਦੇ ਆ, ਮੈਦਾਨ ਚ ਆਉਣਾ ਪੈਂਦਾ। ਜਿਹੜਾ ਬੰਦਾ ਜੈਡ ਪਲੱਸ ਸਿਕਿਉਰਿਟੀ ਲੈ ਕੇ ਸਰਕਾਰ ਕੋਲੋਂ ਡੇਰੇ ਚ ਲੋਕੇ ਬੈਠਾ, ਚਾਰ ਸਾਲ ਹੋ ਗਏ ਨੇ, ਉਹ ਕਿਸੇ ਨੂੰ ਮਤਾ ਨਾ ਦੇਵੇ ਵੀ ਸਿਰ ਵਰਤਣਾ ਕਿ ਸਿਰ ਦੇਣਾ। ਇੱਥੇ ਕੋਈ ਕੌਲਾ ਨੀ, ਕੋਈ ਮੂਰਖ ਨੀ, ਗੁਰੂ ਦੀ ਹਜ਼ੂਰੀ ਚ ਬਾਰ ਬਾਰ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਜੌਨ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਪਰ ਇਹ ਉਹ ਗੱਲਾਂ ਕਰ ਰਹੇ ਨੇ ਜਿਹਨਾਂ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋ ਗਏ ਨੇ। ਜਿਹੜੇ ਗੁਰੂ ਦੀ ਬਾਣੀ ਤੇ ਕਿੰਤੂ ਪਰੰਤੂ ਸ਼ੰਕਾ ਕਰਦੇ ਨੇ ਉਹ ਸਾਨੂੰ ਮਤਾਂ ਨਾ ਦੇਣ। ਅਸੀਂ ਜਿੱਥੇ ਸਿਰ ਵਰਤਣਾ ਉਹ ਵਰਤਾਂਗੇ, ਜਿੱਥੇ ਦੇਣਾ ਉਹ ਦੇਣਾਂਗੇ, ਤੇ ਜਿੱਥੇ ਸਿਰ ਲੈਣ ਦੀ ਲੋੜ ਪਊਗੀ ਕਿਸੇ ਦਾ ਉਹ ਲੈ ਵੀ ਲਵਾਂਗੇ। ਸਾਨੂੰ ਇਹ ਮਤਾਂ ਦਿੱਤੀਆਂ ਜਾਣ ਵੀ ਕੀ ਕਰਨਾ ਹੈ। ਸੋ ਸਾਰੀ ਇੱਕ ਮਿੰਟ ਧਾਰਨਾ ਪੜ੍ਹਦੇ ਸੀ ਸੰਤ ਭਿੰਡਰ ਵਾਲੇ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਹੁਣ ਤੁਸੀਂ ਇਹ ਸੋਚੋ ਉਹ ਧਾਰਨਾ ਕਿਉਂ ਪੜ੍ਹਨੀ ਪੈ ਗਈ, ਇੱਕ ਇੱਥੇ ਸਾਹ ਦਿਆ ਸਾਡੇ ਚ ਉਹ ਐਡਾ ਵਿਹਲੜਿਆ ਵੀ ਉਹਨੂੰ ਤਿੰਨ ਬੰਦੇ ਚੱਕ ਕੇ ਸਟੇਜ ਤੇ ਝਾੜਦੇ ਆ, ਤਿੰਨ ਫੜ ਕੇ ਲਾਉਂਦੇ ਆ, ਕੁੱਤੇ ਪਾਲੀ ਫਿਰਦਾ ਹੈ ਭਾਂਤ ਭਾਂਤ ਦੇ। ਉਹ ਆਂਦਾ ਵੀ ਦੇਖੋ ਜੀ ਮੈਂ ਵੀ ਗੱਲਾਂ ਕਰਕੇ ਤੱਤੀਆਂ ਤੇ ਮੈਂ ਡੋਲੇ ਫੜਕਣ ਲਾ ਸਕਦਾ ਨੌਜਵਾਨਾਂ ਦੇ, ਮੈਂ ਵੀ ਆਹ ਕਰ ਸਕਦਾ ਹੈ। ਉਹਨੂੰ ਇਹ ਪੁੱਛੋ ਵੀ ਜਿੱਦਣ ਬਰਗਾੜੀ ਮਾੜੀ ਜੀ ਡਾਂਗ ਚੱਲੀ ਸੀ ਤੂੰ ਮੂੰਹੋਂ ਕਿਹਾ ਆਪਣਿਓ ਵੀ ਮੈਂ ਸੰਗਤ ਜੀ ਕੁੰਡੇ ਖੜਕਾਏ ਲੋਕਾਂ ਬੂਹੇ ਨਹੀਂ ਖੋਲੇ, ਤੇ ਉਹਨੂੰ ਕਿਹਾ ਵੀ ਇਹ ਗੱਲਾਂ ਕਰ ਲੈਣੀਆਂ। ਕਹਿਣੀ ਦੇ ਕਥਨੀ ਚ ਬੜਾ ਫਰਕ ਹੁੰਦਾ, ਗੱਲਾਂ ਸਾਰੇ ਕਰ ਲੈਂਦੇ ਆ, ਮੈਦਾਨ ਚ ਆਉਣਾ ਪੈਂਦਾ। ਜਿਹੜਾ ਬੰਦਾ ਜੈਡ ਪਲੱਸ ਸਿਕਿਉਰਿਟੀ ਲੈ ਕੇ ਸਰਕਾਰ ਕੋਲੋਂ ਡੇਰੇ ਚ ਲੋਕੇ ਬੈਠਾ, ਚਾਰ ਸਾਲ ਹੋ ਗਏ ਨੇ, ਉਹ ਕਿਸੇ ਨੂੰ ਮਤਾਂ ਨਾ ਦੇਵੇ ਵੀ ਸਿਰ ਵਰਤਣਾ ਕਿ ਸਿਰ ਦੇਣਾ। ਇੱਥੇ ਕੋਈ ਕੌਲਾ ਨੀ, ਕੋਈ ਮੂਰਖ ਨੀ, ਗੁਰੂ ਦੀ ਹਜ਼ੂਰੀ ਚ ਬਾਰ ਬਾਰ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਜੌਨ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਪਰ ਇਹ ਉਹ ਗੱਲਾਂ ਕਰ ਰਹੇ ਨੇ ਜਿਹਨਾਂ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋ ਗਏ ਨੇ। ਜਿਹੜੇ ਗੁਰੂ ਦੀ ਬਾਣੀ ਤੇ ਕਿੰਤੂ ਪਰੰਤੂ ਸ਼ੰਕਾ ਕਰਦੇ ਨੇ ਉਹ ਸਾਨੂੰ ਮਤਾਂ ਨਾ ਦੇਣ। ਅਸੀਂ ਜਿੱਥੇ ਸਿਰ ਵਰਤਣਾ ਉਹ ਵਰਤਾਂਗੇ, ਜਿੱਥੇ ਦੇਣਾ ਉਹ ਦੇਣਾਂਗੇ, ਤੇ ਜਿੱਥੇ ਸਿਰ ਲੈਣ ਦੀ ਲੋੜ ਪਊਗੀ ਕਿਸੇ ਦਾ ਉਹ ਲੈ ਵੀ ਲਵਾਂਗੇ। ਸਾਨੂੰ ਇਹ ਮਤਾਂ ਦਿੱਤੀਆਂ ਜਾਣ ਵੀ ਕੀ ਕਰਨਾ ਹੈ। ਸੋ ਸਾਰੀ ਇੱਕ ਮਿੰਟ ਧਾਰਨਾ ਪੜ੍ਹਦੇ ਸੀ ਸੰਤ ਭਿੰਡਰ ਵਾਲੇ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਹੁਣ ਤੁਸੀਂ ਇਹ ਸੋਚੋ ਉਹ ਧਾਰਨਾ ਕਿਉਂ ਪੜ੍ਹਨੀ ਪੈ ਗਈ, ਇੱਕ ਇੱਥੇ ਸਾਹ ਦਿਆ ਸਾਡੇ ਚ ਉਹ ਐਡਾ ਵਿਹਲੜਿਆ ਵੀ ਉਹਨੂੰ ਤਿੰਨ ਬੰਦੇ ਚੱਕ ਕੇ ਸਟੇਜ ਤੇ ਝਾੜਦੇ ਆ, ਤਿੰਨ ਫੜ ਕੇ ਲਾਉਂਦੇ ਆ, ਕੁੱਤੇ ਪਾਲੀ ਫਿਰਦਾ ਹੈ ਭਾਂਤ ਭਾਂਤ ਦੇ। ਉਹ ਆਂਦਾ ਵੀ ਦੇਖੋ ਜੀ ਮੈਂ ਵੀ ਗੱਲਾਂ ਕਰਕੇ ਤੱਤੀਆਂ ਤੇ ਮੈਂ ਡੋਲੇ ਫੜਕਣ ਲਾ ਸਕਦਾ ਨੌਜਵਾਨਾਂ ਦੇ, ਮੈਂ ਵੀ ਆਹ ਕਰ ਸਕਦਾ ਹੈ। ਉਹਨੂੰ ਇਹ ਪੁੱਛੋ ਵੀ ਜਿੱਦਣ ਬਰਗਾੜੀ ਮਾੜੀ ਜੀ ਡਾਂਗ ਚੱਲੀ ਸੀ ਤੂੰ ਮੂੰਹੋਂ ਕਿਹਾ ਆਪਣਿਓ ਵੀ ਮੈਂ ਸੰਗਤ ਜੀ ਕੁੰਡੇ ਖੜਕਾਏ ਲੋਕਾਂ ਬੂਹੇ ਨਹੀਂ ਖੋਲੇ, ਤੇ ਉਹਨੂੰ ਕਿਹਾ ਵੀ ਇਹ ਗੱਲਾਂ ਕਰ ਲੈਣੀਆਂ। ਕਹਿਣੀ ਦੇ ਕਥਨੀ ਚ ਬੜਾ ਫਰਕ ਹੁੰਦਾ, ਗੱਲਾਂ ਸਾਰੇ ਕਰ ਲੈਂਦੇ ਆ, ਮੈਦਾਨ ਚ ਆਉਣਾ ਪੈਂਦਾ। ਜਿਹੜਾ ਬੰਦਾ ਜੈਡ ਪਲੱਸ ਸਿਕਿਉਰਿਟੀ ਲੈ ਕੇ ਸਰਕਾਰ ਕੋਲੋਂ ਡੇਰੇ ਚ ਲੋਕੇ ਬੈਠਾ, ਚਾਰ ਸਾਲ ਹੋ ਗਏ ਨੇ, ਉਹ ਕਿਸੇ ਨੂੰ ਮਤਾਂ ਨਾ ਦੇਵੇ ਵੀ ਸਿਰ ਵਰਤਣਾ ਕਿ ਸਿਰ ਦੇਣਾ। ਇੱਥੇ ਕੋਈ ਕੌਲਾ ਨੀ, ਕੋਈ ਮੂਰਖ ਨੀ, ਗੁਰੂ ਦੀ ਹਜ਼ੂਰੀ ਚ ਬਾਰ ਬਾਰ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਜੌਨ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਪਰ ਇਹ ਉਹ ਗੱਲਾਂ ਕਰ ਰਹੇ ਨੇ ਜਿਹਨਾਂ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋ ਗਏ ਨੇ। ਜਿਹੜੇ ਗੁਰੂ ਦੀ ਬਾਣੀ ਤੇ ਕਿੰਤੂ ਪਰੰਤੂ ਸ਼ੰਕਾ ਕਰਦੇ ਨੇ ਉਹ ਸਾਨੂੰ ਮਤਾਂ ਨਾ ਦੇਣ। ਅਸੀਂ ਜਿੱਥੇ ਸਿਰ ਵਰਤਣਾ ਉਹ ਵਰਤਾਂਗੇ, ਜਿੱਥੇ ਦੇਣਾ ਉਹ ਦੇਣਾਂਗੇ, ਤੇ ਜਿੱਥੇ ਸਿਰ ਲੈਣ ਦੀ ਲੋੜ ਪਊਗੀ ਕਿਸੇ ਦਾ ਉਹ ਲੈ ਵੀ ਲਵਾਂਗੇ। ਸਾਨੂੰ ਇਹ ਮਤਾਂ ਦਿੱਤੀਆਂ ਜਾਣ ਵੀ ਕੀ ਕਰਨਾ ਹੈ। ਸੋ ਸਾਰੀ ਇੱਕ ਮਿੰਟ ਧਾਰਨਾ ਪੜ੍ਹਦੇ ਸੀ ਸੰਤ ਭਿੰਡਰ ਵਾਲੇ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਹੁਣ ਤੁਸੀਂ ਇਹ ਸੋਚੋ ਉਹ ਧਾਰਨਾ ਕਿਉਂ ਪੜ੍ਹਨੀ ਪੈ ਗਈ, ਇੱਕ ਇੱਥੇ ਸਾਹ ਦਿਆ ਸਾਡੇ ਚ ਉਹ ਐਡਾ ਵਿਹਲੜਿਆ ਵੀ ਉਹਨੂੰ ਤਿੰਨ ਬੰਦੇ ਚੱਕ ਕੇ ਸਟੇਜ ਤੇ ਝਾੜਦੇ ਆ, ਤਿੰਨ ਫੜ ਕੇ ਲਾਉਂਦੇ ਆ, ਕੁੱਤੇ ਪਾਲੀ ਫਿਰਦਾ ਹੈ ਭਾਂਤ ਭਾਂਤ ਦੇ। ਉਹ ਆਂਦਾ ਵੀ ਦੇਖੋ ਜੀ ਮੈਂ ਵੀ ਗੱਲਾਂ ਕਰਕੇ ਤੱਤੀਆਂ ਤੇ ਮੈਂ ਡੋਲੇ ਫੜਕਣ ਲਾ ਸਕਦਾ ਨੌਜਵਾਨਾਂ ਦੇ, ਮੈਂ ਵੀ ਆਹ ਕਰ ਸਕਦਾ ਹੈ। ਉਹਨੂੰ ਇਹ ਪੁੱਛੋ ਵੀ ਜਿੱਦਣ ਬਰਗਾੜੀ ਮਾੜੀ ਜੀ ਡਾਂਗ ਚੱਲੀ ਸੀ ਤੂੰ ਮੂੰਹੋਂ ਕਿਹਾ ਆਪਣਿਓ ਵੀ ਮੈਂ ਸੰਗਤ ਜੀ ਕੁੰਡੇ ਖੜਕਾਏ ਲੋਕਾਂ ਬੂਹੇ ਨਹੀਂ ਖੋਲੇ, ਤੇ ਉਹਨੂੰ ਕਿਹਾ ਵੀ ਇਹ ਗੱਲਾਂ ਕਰ ਲੈਣੀਆਂ। ਕਹਿਣੀ ਦੇ ਕਥਨੀ ਚ ਬੜਾ ਫਰਕ ਹੁੰਦਾ, ਗੱਲਾਂ ਸਾਰੇ ਕਰ ਲੈਂਦੇ ਆ, ਮੈਦਾਨ ਚ ਆਉਣਾ ਪੈਂਦਾ। ਜਿਹੜਾ ਬੰਦਾ ਜੈਡ ਪਲੱਸ ਸਿਕਿਉਰਿਟੀ ਲੈ ਕੇ ਸਰਕਾਰ ਕੋਲੋਂ ਡੇਰੇ ਚ ਲੋਕੇ ਬੈਠਾ, ਚਾਰ ਸਾਲ ਹੋ ਗਏ ਨੇ,
वह किसी को मता ना दे सिर वर्तना कि सिर देना है। इतने कोई कौला नहीं, कोई मूर्ख नहीं। गुरु की हजूरी च बार बार सतगुरु सच्चे पातशाह की बाणी कहती है, जौन तो प्रेम खेलन का चाहो सिर धर तली गली मेरी आओ। पर यह गल कर रहे हैं जिन्हें गुरु न गुरु ग्रंथ साहब महाराज गुरु मनण तो इनकारी हो गए ने, जेडे गुरु की बाणी ते किंतु परंतु शंका करते हैं वह सानू मता ना देन। असी जिथे सिर वर्तना वह वर्तवेंगे, जिथे देना हो देवे, तो जिथे सिर लैण की लड़ पेगी किसी का वह लै भी लवेंगे। सानू यह मत ना दिखाई जान भी की करना है। सो सारी एक मिनट धारना पढ़ते संत भिंडर वाले, सिर दित्या बाज नहीं रहना, धर्म सिर दित्या बाज नहीं रहना। हुण तुसीं इह सोचो वह धारना क्यों पढ़नी पै गई। एक इत्थे साह दिया साडे च वह एडा वेह लड़िया भी उहनूं तीन बंदे चक के स्टेज ते झाड़दे आ, तीन फड़ के लाउंदे आ, कुत्ते पाली फिरदा है भांत भांत दे। वह आंदा भी देखो जी मैं भी गल्लां करके तत्तियां ते मैं डौले फड़कन ला सकदा नौजवानां दे, मैं भी आह कर सकदा है। उन्हूं यह पुछो भी जिदन बरगाड़ी माड़ी जी डांग चली सी तू मूहों क्या अपने हो कि मैं संगत जी कुंडे खड़काए लोगों बूहे नहीं खोले। तो उन्होंने कहा भी यह गल्लां कर लेनियां, कहनी दे कथनी च बड़ा फर्क हुंदा, गल्लां सारे कर लैंदे आ, मैदान च आउणा पैंदा है। जिहड़ा बंदा जेड प्लस सिक्योरिटी लैके सरकार कोलों डेरे च लोके बैठा चार साल हो गए ने, वह किसी मता ना दे भी सिर वर्तना कि सिर देना है। इतने कोई कौला नहीं, कोई मूर्ख नहीं। गुरु की हजूरी च बार बार सतगुरु सच्चे पातशाह की बाणी कहती है, जौन तो प्रेम खेलन का चाहो सिर धर तली गली मेरी आओ। पर यह गल कर रहे हैं जिन्हें गुरु न गुरु ग्रंथ साहब महाराज गुरु मनण तो इनकारी हो गए ने, जेडे गुरु की बाणी ते किंतु परंतु शंका करते हैं वह सानू मता ना देन। असी जिथे सिर वर्तना वह वर्तवेंगे, जिथे देना हो देवे, तो जिथे सिर लैण की लड़ पेगी किसी का वह लै भी लवेंगे। सानू यह मत ना दिखाई जान भी की करना है। सो सारी एक मिनट धारना पढ़ते संत भिंडर वाले, सिर दित्या बाज नहीं रहना, धर्म सिर दित्या बाज नहीं रहना। हुण तुसीं इह सोचो वह धारना क्यों पढ़नी पै गई। एक इत्थे साह दिया साडे च वह एडा वेह लड़िया भी उहनूं तीन बंदे चक के स्टेज ते झाड़दे आ, तीन फड़ के लाउंदे आ, कुत्ते पाली फिरदा है भांत भांत दे। वह आंदा भी देखो जी मैं भी गल्लां करके तत्तियां ते मैं डौले फड़कन ला सकदा नौजवानां दे, मैं भी आह कर सकदा है। उन्हूं यह पुछो भी जिदन बरगाड़ी माड़ी जी डांग चली सी तू मूहों क्या अपने हो कि मैं संगत जी कुंडे खड़काए लोगों बूहे नहीं खोले। तो उन्होंने कहा भी यह गल्लां कर लेनियां, कहनी दे कथनी च बड़ा फर्क हुंदा, गल्लां सारे कर लेंदे आ, मैदान च आउणा पैंदा है। जिहड़ा बंदा जेड प्लस सिक्योरिटी लैके सरकार कोलों डेरे च लोके बैठा चार साल हो गए ने, वह किसी मता ना दे भी सिर वर्तना कि सिर देना है। इतने कोई कौला नहीं, कोई मूर्ख नहीं। गुरु की हजूरी च बार बार सतगुरु सच्चे पातशाह की बाणी कहती है, जौन तो प्रेम खेलन का चाहो सिर धर तली गली मेरी आओ। पर यह गल कर रहे हैं जिन्हें गुरु न गुरु ग्रंथ साहब महाराज गुरु मनण तो इनकारी हो गए ने, जेडे गुरु की बाणी ते किंतु परंतु शंका करते हैं वह सानू मता ना देन। असी जिथे सिर वर्तना वह वर्तवेंगे, जिथे देना हो देवे, तो जिथे सिर लैण की लड़ पेगी किसी का वह लै भी लवेंगे। सानू यह मत ना दिखाई जान भी की करना है। सो सारी एक मिनट धारना पढ़ते संत भिंडर वाले, सिर दित्या बाज नहीं रहना, धर्म सिर दित्या बाज नहीं रहना। हुण तुसीं इह सोचो वह धारना क्यों पढ़नी पै गई। एक इत्थे साह दिया साडे च वह एडा वेह लड़िया भी उहनूं तीन बंदे चक के स्टेज ते झाड़दे आ, तीन फड़ के लाउंदे आ, कुत्ते पाली फिरदा है भांत भांत दे। वह आंदा भी देखो जी मैं भी गल्लां करके तत्तियां ते मैं डौले फड़कन ला सकदा नौजवानां दे, मैं भी आह कर सकदा है। उन्होंने यह पुछो भी जिदन बरगाड़ी माड़ी जी डांग चली सी तू मूहों क्या अपने हो कि मैं संगत जी कुंडे खड़काए लोगों बूहे नहीं खोले। तो उन्होंने कहा भी यह गल्ला कर लेनियां, कहनी दे कथनी च बड़ा फर्क हुंदा, गल्लां सारे कर लेंदे आ, मैदान च आउणा पैंदा है। जिहड़ा बंदा जेड प्लस सिक्योरिटी लैके सरकार कोलों डेरे च लोके बैठा चार साल हो गए ने, वह किसी नूं मता ना दे भी सिर वर्तना कि सिर देना है। इत्थे कोई कौला नहीं, कोई मूर्ख नहीं। गुरु की हजूरी च बार बार सतगुरु सच्चे पातशाह की बाणी कहती है, जौन तो प्रेम खेलन का चाहो सिर धर तली गली मेरी आओ। पर यह गल्ल कर रहे हैं जिन्हें गुरु न गुरु ग्रंथ साहब महाराज गुरु मनण तो इनकारी हो गए ने, जेडे गुरु की बाणी ते किंतु परंतु शंका करते हैं वह सानू मता ना देन। असी जिथे सिर वर्तना वह वर्तवेंगे, जिथे देना हो देवे, तो जिथे सिर लैण की लड़ पेगी किसी का वह लै भी लवेंगे। सानू यह मत ना दिखाई जान भी की करना है। सो सारी एक मिनट धारना पढ़ते संत भिंडर वाले, सिर दित्या बाज नहीं रहना, धर्म सिर दित्या बाज नहीं रहना। हुण तुसीं इह सोचो वह धारना क्यों पढ़नी पै गई।
एक इतने सह दिया साडे च एडा वेलड़िया भी उन्होंने तीन बंदे चक के स्टेज ते झाड़दे आ तीन फड़ के लाउंदे आ कुत्ते पाली फिरदा है भांत भांत दे ਉਹ ਆਂਦਾ ਵੀ ਦੇਖੋ ਜੀ ਮੈਂ ਵੀ ਗੱਲਾਂ ਕਰਕੇ ਤੱਤੀਆਂ ਤੇ ਮੈਂ ਡੋਲੇ ਫੜਕਣ ਲਾ ਸਕਦਾ ਨੌਜਵਾਨਾਂ ਦੇ ਮੈਂ ਵੀ ਆਹ ਕਰ ਸਕਦਾ ਉਹਨੂੰ ਇਹ ਪੁੱਛੋ ਵੀ ਜਿੱਦਣ ਬਰਗਾੜੀ ਮਾੜੀ ਜੀ ਡਾਂਗ ਚੱਲੀ ਸੀ ਤੂੰ ਮੂੰਹੋਂ ਕਿਹਾ ਆਪਣਿਓ ਵੀ ਮੈਂ ਸੰਗਤ ਜੀ ਕੁੰਡੇ ਖੜਕਾਏ ਲੋਕਾਂ ਬੂਹੇ ਨੀ ਖੋਲੇ ਤੇ ਉਹਨੂੰ ਕਿਹਾ ਵੀ ਇਹ ਗੱਲਾਂ ਕਰ ਲੈਣੀਆਂ ਕਹਿਣੀ ਦੇ ਕਥਨੀ ਚ ਬੜਾ ਫਰਕ ਹੁੰਦਾ ਗੱਲਾਂ ਸਾਰੇ ਕਰ ਲੈਂਦੇ ਆ ਮੈਦਾਨ ਚ ਆਉਣਾ ਪੈਂਦਾ ਜਿਹੜਾ ਬੰਦਾ ਜੈਡ ਪਲੱਸ ਸਿਕਿਉਰਿਟੀ ਲੈ ਕੇ ਸਰਕਾਰ ਕੋਲੋਂ ਡੇਰੇ ਚ ਲੋਕੇ ਬੈਠਾ ਚਾਰ ਸਾਲ ਹੋ ਗਏ ਨੇ ਉਹ ਕਿਸੇ ਨੂੰ ਮਤਾ ਨਾ ਦੇਵੇ ਵੀ ਸਿਰ ਵਰਤਣਾ ਕਿ ਸਿਰ ਦੇਣਾ ਇੱਥੇ ਕੋਈ ਕੌਲਾ ਨੀ ਕੋਈ ਮੂਰਖ ਨੀ ਗੁਰੂ ਦੀ ਹਜ਼ੂਰੀ ਚ ਬਾਰ ਬਾਰ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਜੌਨ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਪਰ ਇਹ ਉਹ ਗੱਲਾਂ ਕਰ ਰਹੇ ਨੇ ਜਿਹਨਾਂ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੋ ਗਏ ਨੇ ਜਿਹੜੇ ਗੁਰੂ ਦੀ ਬਾਣੀ ਤੇ ਕਿੰਤੂ ਪਰੰਤੂ ਸ਼ੰਕਾ ਕਰਦੇ ਨੇ ਉਹ ਸਾਨੂੰ ਮਤਾਂ ਨਾ ਦੇਣ ਅਸੀਂ ਜਿੱਥੇ ਸਿਰ ਵਰਤਣਾ ਉਹ ਵਰਤਾਂਗੇ ਜਿੱਥੇ ਦੇਣਾ ਉਹ ਦੇਵਾਂਗੇ ਤੇ ਜਿੱਥੇ ਸਿਰ ਲੈਣ ਦੀ ਲੋੜ ਪਊਗੀ ਕਿਸੇ ਦਾ ਉਹ ਲੈ ਵੀ ਲਵਾਂਗੇ ਸਾਨੂੰ ਇਹ ਮਤਾਂ ਨਾ ਦਿੱਤੀਆਂ ਜਾਣ ਵੀ ਕੀ ਕਰਨਾ ਸੋ ਸਾਰੀ